ਫੈਡਰੇਸ਼ਨ ਆਫ ਇੰਡੀਆ ਵੱਲੋਂ ਨੈਸ਼ਨਲ ਚੈਂਪੀਅਨਸ਼ਿਪ 2018 23 ਅਕਤੂਬਰ ਤੋਂ 26 ਅਕਤੂਬਰ ਦਿਨ ਸ਼ੁੱਕਰਵਾਰ ਤੱਕ ਕਰਵਾਈ ਜਾ ਰਹੀ ਹੈ। ਇਹ ਪ੍ਰੋਗਰਾਮ ਸ਼੍ਰੀ ਮਹੰਤ ਸਵਾਮੀ ਗਿਆਨਦੇਵ ਸਿੰਘ ਜੀ, ਮੁਖੀ ਸ਼੍ਰੀ ਪੰਚਾਇਤੀ ਅਖਾੜਾ ਨਿਰਮਲਾ ਜੀ ਦੀ ਸਰਪ੍ਰਸਤੀ ਹੇਠ ਫੈਡਰੇਸ਼ਨ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕੰਖਲ ਹਰਿਦੁਆਰ ਵਿਖੇ ਕਰਵਾਈ ਜਾ ਰਹੀ ਹੈ। ਬੇਨਤੀ ਕਰਤਾ ਡਾਕਟਰ ਸੁਨੀਤਾ ਗੋਦਾਰਾ ਚੇਅਰਪਰਸਨ ਐਂਡ ਬੁੱਲ ਫੈਡਰੇਸ਼ਨ, ਦਵਿੰਦਰ ਸਿੰਘ ਸੋਢੀ ਵਾਈਸ ਚੇਅਰਮੈਨ, ਪ੍ਰਤਾਪ ਸਿੰਘ ਪ੍ਰੈਜ਼ੀਡੈਂਟ, ਐਡਵੋਕੇਟ ਰੀਨਾ ਸਿੰਘ ਵਾਈਸ ਪ੍ਰੈਜ਼ੀਡੈਂਟ ਅਤੇ ਸੈਯਦ ਵਸੀਮ ਸੈਕਟਰੀ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ 26 ਅਕਤੂਬਰ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਚੈਨਲ ਆਈ ਪੰਜਾਬ ਅਤੇ ਚੈਨਲ ਭਾਰਤ ਪਰਿਵਾਰ 'ਤੇ ਦਿਖਾਇਆ ਜਾਵੇਗਾ।